ਚਾਹੇ ਜੋ ਮਰਜ਼ੀ ਹੋ ਜਾਵੇ, ਪਰ ਪੰਜਾਬੀਆਂ ਤੇ ਜਦੋਂ ਕੋਈ ਚੜ੍ਹ ਕੇ ਆਉਂਦਾ ਜਾਂ ਫਿਰ ਪੰਜਾਬੀ ਆਪਦੇ ਮਿਸ਼ਨ ਲਈ ਜਦੋਂ ਜਾਂਦੇ ਨੇ ਤੇ ਜਾਂ ਦੁਸ਼ਮਣ ਜਦੋਂ ਹੈਵੀ ਹੁੰਦਾ ਤੇ ਉਹਦਾ ਜਿਹੜਾ ਉਪਾਅ ਕਰ ਲੈਂਦੇ ਨੇ, ਚਾਹੇ ਪੈਸੇ ਵੱਲੋਂ ਬਹੁਤ ਕਮਜ਼ੋਰ ਹੋਣ, ਚਾਹੇ ਕੱਖ ਨਾ ਹੋਵੇ ਜੇਬ ਦੇ ਵਿੱਚ, ਜਿਹੋ ਜਿਹਾ ਇਹਨਾਂ ਦੇ ਕੋਲ ਪੈਸਾ ਹੁੰਦਾ ਉਹੋ ਜਿਹੇ ਹਥਿਆਰ ਜਿਹੜੇ ਬਣਾ ਲੈਂਦੇ ਨੇ, ਚਾਹੇ ਅਗਲੇ ਪਾਸੇ ਕੁਛ ਮਰਜ਼ੀ ਹੋਵੇ। ਹੁਣ ਤੁਸੀਂ ਦੇਖਿਆ ਜਦੋਂ ਇਹ ਆਪਣੇ ਖਨੌਰੀ ਬਾਰਡਰ ਤੇ ਜਾਂਦੇ ਤੇ ਅਥਰੂ ਗੈਸ ਦੇ ਗੋਲੇ ਡਰਾਉਣ ਦੇ ਨਾਲ ਸੱਟੇ ਜਾਂਦੇ ਜਾਂ ਇਧਰੋਂ ਵੀਡੀਓ ਬਣਾਉਣ ਆਉਂਦੇ ਆ, ਹਨਾ, ਉਸ ਚੀਜ਼ ਨੂੰ ਲੈ ਕੇ ਇਹਨਾਂ ਦੇ ਵੱਲੋਂ ਨਾ ਇੱਕ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਗਈਆਂ। ਮੈਂ ਤਾਂ ਵੇਖ ਕੇ ਹੈਰਾਨ ਸੀਗਾ ਕਿ ਆਹ ਚੀਜ਼ਾਂ ਇਹਨਾਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ, ਇਹ ਹੈ ਕੀ? ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੀ ਆ ਬਾਈ ਇਹ ਜੀ? ਨਾ ਆਪਣੀਆਂ ਜਿਵੇਂ ਪਹਿਲਾਂ ਹੁੰਦੀਆਂ ਗਲੇਲਾਂ ਕਹਿੰਦੇ ਆਪਾਂ, ਉਹ ਆਏ ਉਹ ਜਾਂਦੀਆਂ ਨੇ ਵਧੀਆ ਤਿਆਰ ਕਰਾ ਕੇ, ਤਾਂ ਤੁਸੀਂ ਦੇਖ ਸਕਦੇ ਹੋ। ਤੇ ਨਾਲ ਆਪਣੇ ਆਹ ਬੰਟੇ ਜਿਹਨੂੰ ਆਪਾਂ ਗੋਲੀਆਂ ਕਹਿੰਦੇ, ਬੱਚੇ ਖੇਡਦੇ ਹੁੰਦੇ ਆਪਾਂ, ਨਿਆਣੇ ਹੁੰਦੇ, ਉਹ ਇਹ ਤੇ ਇਹ ਉਹਦੇ ਵਾਸਤੇ ਆਉਂਦੇ, ਜਿਹੜਾ ਡਰੋਨ ਭੇਜਦੇ ਦੇਖਦੇ ਆ ਵੀ ਉਹ ਕੀ ਕਰ ਰਹੇ ਆ ਜਾਂ ਕਿੱਥੇ ਕਿੰਨੇ ਕੁ ਬੰਦੇ ਖੜੇ ਆ, ਉਹ ਛੱਡਦੇ ਆ ਅਥਰੂ ਗੈਸ ਪਰ ਉੱਥੇ, ਉਹ ਡਰਾਉਣ ਲਾਉਣ ਵਾਸਤੇ ਹਥਿਆਰ ਮੰਗਾ ਕੇ ਸਾਰੇ ਵੰਡੇ ਆਪਾਂ ਨੇ ਮੁੰਡੇ, ਵੀ ਜਿਹੜਾ ਨਿਸ਼ਾਨਾ ਲਾਉਣ ਜਾਣ ਦਾ ਸੱਟ ਲਓ, ਵੀ ਨਿਸ਼ਾਨਾ ਕਿਹਾ ਲਾਉਣ ਜਾਣ ਦਾ ਮਾਰੋ, ਚੱਕ ਕੇ ਡਰੋਨ ਥੱਲੇ ਲਿਆਓ, ਇਸ ਕਰਕੇ ਸਾਰੇ ਮੁੰਡੇ ਉਹਨੇ ਲਿਆ ਕੇ ਦੇ ਦਿੱਤੇ ਆਪਾਂ ਨੇ। ਤੇ ਬਾਕੀ ਪਤੰਗ ਵੀ ਤਿਆਰ ਕੀਤੇ ਆ, ਇਹ ਚੀਜ਼ ਵੀ ਬਹੁਤ ਵੱਡੀ ਪੱਧਰ ਤੇ ਪਤੰਗ ਵਾਲੀ ਗੱਲ ਤਾਂ ਇੱਕ ਚੱਲ ਰਹੀ ਸੀ, ਨਵੀਂ ਨਵਾਂ ਲਿਆਂਦਾ ਤਿਆਰ। ਅੱਛਾ, ਇਹ ਹੁਣ ਵੰਡਦੇ ਫਿਰਦੇ ਟਰਾਲੀਆਂ ਚ? ਹਾਂਜੀ ਹਾਂ, ਇੱਥੇ ਅਸੀਂ ਤਾਂ ਚਾਹ ਪੀਣ ਬੈਠੇ ਸੀ, ਆਹ ਲਿਆ ਕੇ ਸਾਹਮਣੇ ਬੈਠੇ ਕਿਉਂ ਲੌਂਗੋਵਾਲ ਸਾਹਿਬ? ਬਿਲਕੁਲ ਜੀ, ਇਹ ਗੁਰੂ ਮਹਾਰਾਜ ਦੀ ਕਿਰਪਾ ਜੀ। ਦੇਖੋ ਜਿਵੇਂ ਕਹਿੰਦੇ ਲੋੜ ਕਾਰਡ ਦੀ ਮਾਂ ਵੀ ਹੈ ਜੀ, ਬਾਕੀ ਗੱਲ ਇਹ ਆ ਵੀ ਜਿਹੜਾ ਸਾਡਾ ਗੁਰੂ ਆ, ਜਿਹੜਾ ਸਾਡਾ ਪਿਤਾ, ਉਹਦੀ ਸਿੱਖੀ ਸਾਨੂੰ ਐਵੇਂ ਦੀ ਹੈ ਵੀ ਅਸੀਂ ਹਰ ਇੱਕ ਮੁਸ਼ਕਲ ਦੇ ਵਿੱਚੋਂ ਵੀ ਮਤਲਬ ਢੰਗ ਬਚ ਕੇ ਨਿਕਲਣ ਦਾ ਜਾਂ ਆਪਣਾ ਉਹਨੂੰ ਆਪਣੇ ਕਾਬੂ ਕਰਨ ਦਾ ਲੱਭ ਲੈਂਦੇ ਹਾਂ। ਸੋ ਜਿਹੜਾ ਇਹ ਹਥਿਆਰ ਹੈ, ਇਹ ਅਸੀਂ ਛੋਟੇ ਹੁੰਦੇ ਬਚਪਨ ਦੇ ਵਿੱਚ ਆਪਾਂ ਆਮ ਇਹਨਾਂ ਨੂੰ ਵਰਤਦੇ ਰਹੇ ਹਾਂ, ਮੋਲੀਆਂ ਵਗੈਰਾ ਬਣਾ ਪਾ ਕੇ ਦੇਸੀ ਢੰਗ ਨਾਲ, ਦੇਸੀ ਢੰਗ ਨਾਲ, ਲੇਕਿਨ ਇਹ ਅਸੀਂ ਪ੍ਰਧਾਨ ਜੀ ਕੋਲ ਬੈਠੇ ਹਾਂ, ਇਹਨਾਂ ਨੇ ਇੱਕ ਬੜਾ ਵਧੀਆ ਤਰੀਕਾ ਲੱਭਿਆ। ਔਰ ਇਹ ਤੋਂ ਪਤਾ ਲੱਗਦਾ ਵੀ ਜਿਹੜੇ ਸਾਡੇ ਕਿਸਾਨ ਆਗੂ ਨੇ ਸੰਘਰਸ਼ ਦੀ ਅਗਵਾਈ ਕਰ ਰਹੇ ਨੇ, ਉਹ ਕਿੰਨੇ ਸੁਹਿਰਦ ਨੇ ਔਰ ਕਿੰਨੇ ਬਰੀਕੀ ਦੇ ਨਾਲ ਇਸ ਮੋਰਚੇ ਨੂੰ ਫਤਿਹ ਕਰਨ ਦੇ ਲਈ ਲੱਗੇ ਹੋਏ ਆ। ਸੋ ਸਾਡੀ ਤਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਇਹਨਾਂ ਸਾਡੇ ਜੁਝਾਰੂ ਆਗੂਆਂ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ, ਸਾਡਾ ਜਿਹੜਾ ਯੂਥ ਆ, ਜਿਹੜੀ ਸਾਡੀ ਜਵਾਨੀ ਹੈ, ਜਿਹਦੀਆਂ ਰਗਾਂ ਦੇ ਅੰਦਰ ਦਸ਼ਮੇਸ਼ ਪਾਤਸ਼ਾਹ ਦਾ ਖੂਨ ਦੌੜਦਾ, ਸੋ ਉਹਨਾਂ ਦੇ ਥਾਪੜੇ ਦੇ ਨਾਲ ਇਹ ਮੋਰਚਾ ਜਿਵੇਂ ਪਿਛਲਾ ਆਪਾਂ ਫਤਿਹ ਕੀਤਾ ਸੀਗਾ, ਆਪਾਂ ਉਸੇ ਤਰੀਕੇ ਨਾਲ ਕਿਸਾਨੀ ਅਤੇ ਕੇਸਰੀ ਨਿਸ਼ਾਨਾਂ ਦੀ ਛਤਰ ਸਾਇਆ ਦੇ ਹੇਠ ਜਿਹੜਾ ਇਹ ਮੋਰਚਾ ਉਹ ਆਪਾਂ ਫਤਿਹ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ, ਇੱਕ ਤਾਂ ਜਿਵੇਂ ਆਹ ਡਰਾਉਣ ਸੱਟਣ ਲਈ ਤੇ ਜਿਹੜਾ ਆਹ ਅੱਖਾਂ ਦੇ ਵਿੱਚ ਪੈਂਦਾ, ਹਨਾ, ਇਹ ਜਦੋਂ ਛੱਡਦੇ ਆ ਨਾ ਆਪਣੇ ਮੰਨ ਕੇ ਜਦੋਂ ਵੀ ਅਥਰੂ ਗੈਸ ਦੇ ਉਧਰੋਂ ਗੋਲੇ ਛੱਡਦੇ ਆ ਤੇ ਉਦੋਂ ਮਤਲਬ ਅੱਖਾਂ ਤੇ ਲਾ ਕੇ ਜਲਨ ਬਹੁਤ ਹੁੰਦੀ ਆ ਤੇ ਉਦੋਂ ਇਹ ਮਤਲਬ ਇਹਦਾ ਅੱਖ ਦੇ ਵਿਚਾਸ ਤੇ ਕਿਉਂਕਿ ਮੱਚਦਾ ਬਹੁਤ ਜਾਂਦੇ ਆ। ਅੱਛਾ, ਉਹਦੇ ਵਾਸਤੇ ਇਹਨੂੰ ਆਪਾਂ ਇਹ ਐਨਕ ਲੈ ਲਈ, ਹਾਂ ਐਨਕ ਲਾ ਲਈ ਜੀ ਉੱਥੋਂ ਦੀ। ਇਹ ਕਵਰ ਕਿਵੇਂ ਹੁੰਦਾ ਦੱਸਿਓ? ਇਹਨੂੰ ਇਸ ਤਰ੍ਹਾਂ ਲਾ ਕੇ ਤੇ ਕੱਪੜਾ ਗਿੱਲਾ ਕਰਕੇ, ਅੱਛਾ, ਸਾਫ ਕਰ ਲਓ, ਰੇਡੀਓ ਦੇ ਉੱਪਰ ਦੀ ਬੰਨ ਲਓ ਤੇ ਜਲਨ ਨਹੀਂ ਮਿਲੇਗੀ। ਬਾਕੀ ਜਿਵੇਂ ਆਹ ਪਕੜ ਦੀ ਗੱਲ ਕੀਤੀ ਆ, ਹਾਂਜੀ ਕਿਉਂਕਿ ਜਿਹੜੇ ਪੰਜਾਬ ਦੇ ਵਿੱਚੋਂ ਜਾਂ ਆਪਾਂ ਹਰਿਆਣੇ ਤੋਂ ਲਾ ਲਈਏ, ਸਭ ਤੋਂ ਜ਼ਿਆਦੇ ਆਰਮੀ ਦੇ ਵਿੱਚ ਜੇ ਆਪਾਂ ਲਾ ਲਈਏ ਤਾਂ ਕਿਸਾਨਾਂ ਦੇ ਪਿੰਡ ਦੀ ਆ। ਜੇ ਤੁਸੀਂ ਅੰਕੜਾ ਚੱਕੋਗੇ ਪੰਜਾਬ ਦਾ ਚੱਕ ਲਓ ਤੇ ਗੁਜਰਾਤ ਦਾ ਚੱਕ ਲਓ, ਕਿਸੇ ਵੀ ਸਟੇਟ ਦਾ ਹੋਵੇ, ਸਾਡੇ ਜਿਹੜੇ ਪਹਿਲਾਂ ਬਜ਼ੁਰਗ ਆ ਜਾਂ ਭਾਈ ਬਾਬਾ ਜਾਂ ਨੌਜਵਾਨ ਮੁੰਡੇ ਉੱਥੇ ਨੌਕਰੀ ਕਰਦੇ ਆ, ਅਕਸਰ ਉਹਨਾਂ ਨੂੰ ਟ੍ਰੇਨ ਕਰਦੇ ਉਹ ਸਾਡੇ ਹੀ ਆ, ਸਾਡੇ ਵਿੱਚ ਵੀ ਬੈਠੇ ਆ, ਤਾਂ ਉਹ ਸਾਰੀਆਂ ਗੱਲਾਂ ਤੋਂ ਜਾਣੂਗਾ। ਸਰਕਾਰ ਦੀ ਜੇ ਮੰਨ ਲਓ ਦੇਸ਼ ਦੀ ਰੱਖਿਆ ਕਰਨ ਵਾਸਤੇ ਉਹ ਆਪਦੀ ਜਾਨ ਤਲੀ ਤੇ ਧਰ ਸਕਦੇ ਤੇ ਆਪਦੀ ਰੱਖਿਆ ਵਾਸਤੇ ਵੀ ਮਤਲਬ ਗੜ ਕੱਢ ਸਕਦੇ। ਇਹਦੀ ਮਾਰ ਤਾਂ ਬਹੁਤ ਹੁੰਦੀ ਹੈ? ਹਾਂ ਮਾਰ ਤਾਂ ਕਾਫੀ ਹੈ, ਮਤਲਬ ਕਿ ਕਾਂ ਕਿੰਨਾ ਜਾਂ ਉਹਦੇ ਪੰਛੀ ਉੱਡਦਾ ਉਹਨੂੰ ਸੱਟ ਲੈਂਦੀ ਗਲੇਲ, ਹੈ ਨਾ, ਜੇ ਕੋਈ ਬੱਚਾ
ਜਾਂ ਮੰਨ ਲਓ ਪਹਿਲਾਂ ਆਪਾਂ ਛੋਟੇ ਹੁੰਦੇ ਚਲਾਉਂਦੇ ਰਹੇ ਆ ਬੱਚੇ, ਕਈ ਬੰਦੇ ਨਿਸ਼ਾਨੇ ਬਹੁਤ ਜ਼ਿਆਦਾ ਹੁੰਦੇ ਆ, ਅਤੇ ਜੇ ਸਹੀ ਲੱਗ ਗਿਆ ਤਾਂ ਡਰੋਨ ਡਿੱਗ ਪੈਂਦਾ ਪੁੱਤਰ, ਕਾਫੀ ਗਿਣਤੀ 'ਚ ਬੰਦਾ ਤਾਂ ਕੱਲ੍ਹ ਪਰਸੋਂ ਜਿੱਦਾਂ ਗੋਲਾਬਾਰੀ ਜ਼ਿਆਦਾ ਹੋਈ ਆ, 50 ਦੇ ਕਰੀਬ ਪਤੰਗਾਂ ਵੀ ਬਣਾਈਆਂ ਸੀ ਉਹ ਵੀ ਡਰੋਨ ਦੇ ਵਿੱਚ, ਮਤਲਬ ਵੀ ਉਹਨਾਂ ਨੇ ਹਰੇਕ ਤਰ੍ਹਾਂ ਦਾ ਪ੍ਰਬੰਧ ਕਰਨਾ ਜਿਹੜਾ ਉਹ ਸ਼ੁਰੂ ਕਰਤਾ। ਹਾਂ ਵੀ ਇਹ ਜ਼ਰੂਰੀ ਨਹੀਂ ਵੀ ਆਪਾਂ ਡਾਂਗ ਚੱਕ ਕੇ ਅਤੇ ਜਾਂ ਉਹਨਾਂ ਦੇ ਲੜਨਾ, ਇਹੋ ਜਿਹਾ ਲੱਗਦਾ ਦਿਮਾਗ ਉਹੋ ਜਿਹਾ ਆਪਣਾ ਨਾਲ ਵੀ ਲੜਿਆ ਜਾ ਸਕਦਾ, ਇਸ ਕਰਕੇ ਨੌਜਵਾਨਾਂ ਨੂੰ ਅਪੀਲ ਵੀ ਹੈ ਵੀ ਸਿੱਧੂਪੁਰ ਜਥੇਬੰਦੀ ਦੇ ਰਹੀ ਆ, ਜਥੇਬੰਦੀ ਦੇ ਕੇ ਜਾਂ ਹੁਣ ਕੋਈ ਸੇਵਾ ਕਰ ਰਿਹਾ ਪਿੰਡਾਂ ਚੋਂ? ਸੇਵਾ ਜੀ, ਸੇਵਾ ਜੀ। ਅੱਛਾ, ਸੇਵਾ ਆ ਰਹੀ ਆ, ਕੋਈ ਬੰਦਾ ਕੋਈ ਦੇ ਜਾਂਦਾ ਕੋਈ ਦੇ ਜਾਂਦਾ, ਇੱਥੇ ਵੀ ਥੋੜਾ ਜਿਹਾ ਬੰਦੇ ਦੇ ਕੇ ਪਿੰਡ ਦੇ ਆਪਣੇ ਗਏ ਨੇ। ਅੱਛਾ, ਵਾਲ ਪਿੰਡ ਦੇ ਬੰਦੇ ਪਹੁੰਚ ਕੇ ਮੈਨੂੰ ਫੜਾ ਗਏ। ਅੱਛਾ, ਆਪਾਂ ਪ੍ਰਧਾਨ ਕਰਾਂਗੇ ਮੁੰਡਿਆਂ ਨੂੰ ਜਿਹੜੇ ਨਿਸ਼ਾਨੀ ਨੇ। ਹਾਂ ਹਾਂ, ਉਹਨਾਂ ਦਾ ਨਿਸ਼ਾਨੀ ਮੁੰਡਿਆਂ ਦਾ ਫਿਰ ਆਪਾਂ ਜਾਂਚ ਕਰਾਂਗੇ। ਘੱਟੋ ਘੱਟ ਦੀ ਅੱਧਾ ਕਿਲੋਮੀਟਰ ਤੱਕ ਮਾਰ ਆਇਆ ਸੀ ਜੇ ਸਹੀ ਟਿਕਾਣੇ ਲੱਗ ਗਏ, ਸਹੀ ਟਿਕਾਣੇ ਨਾਲ ਪਤਾ ਨਿਸ਼ਾਨੀ। ਕਿਉਂ ਅੱਗੇ ਅਸੀਂ ਆਮ ਦਰਖਤਾਂ ਤੇ ਜਾਨਵਰ ਬੈਠੇ ਹੁੰਦੇ, ਅਸੀਂ ਨਿਸ਼ਾਨਾ ਕਰਦੇ ਹੁੰਦੇ, ਦਰਖਤ ਵੀ ਘੱਟੋ ਘੱਟ 60-70 ਫੁੱਟ ਉੱਚਾ ਹੁੰਦਾ ਹੈ, ਸਿਰੇ ਤੋਂ ਜਾਨਵਰ ਨੂੰ ਅਸੀਂ ਲਾ ਲੈਂਦੇ ਹੁੰਦੇ, ਅਸੀਂ ਇਹਨਾਂ ਦੇ ਸਹੀ ਕੰਮ ਕਰਦੇ ਲਾ ਲੈਂਦੇ ਹੋ ਨਿਸ਼ਾਨੇ ਫਿਰ? ਹਾਂਜੀ ਹਾਂਜੀ, ਹੁਣ ਵੀ ਜਾਣਦੇ ਹਾਂ, ਸਭ ਕੁਝ ਜਾਣਦੇ ਜੀ, ਇਹੀ ਜੀ ਗੱਲ ਨਹੀਂ ਹੈਗੀ। ਇੱਕ ਵਾਰ ਇਹ ਪਏਗੀ ਬੰਦੇ ਦੇ ਵੀ ਪਏਗੀ, ਇੱਕ ਸਮਝ ਲਾ ਵੀ ਗੋਲੀ ਜਿੰਨੀ ਖਤਰਾ ਇਸਦਾ ਵੀ, ਲੱਖ 'ਚ ਵੱਜੇ, ਕੰਨ 'ਚ ਵੱਜੇ, ਮੂੰਹ 'ਚ ਵੱਜੇ, ਕਿਤੇ ਹੀ ਵੱਜੇ, ਜਿੰਨਾ ਗੋਲੀ ਦਾ ਭੇੜਾ ਨਿਸ਼ਾਨਾ ਉਨਾ ਹੀ ਭੇੜਾ ਇਹਦਾ ਨਿਸ਼ਾਨਾ, ਇਹੀ ਗੱਲ ਨਹੀਂ ਹੈਗੀ ਵੀ ਇਹ ਬਾਹਰ। ਉੱਧਰ ਵੀ ਚੱਲ ਸਕਦੀਆਂ? ਹਾਂ ਹਾਂ ਹਾਂ, ਉੱਧਰ ਵੀ ਜਾ ਸਕਦੀ ਹੈ, ਬਾਰਡਰ ਕੜੀ ਵੀ ਲੰਘ ਸਕਦੀ ਹੈ, ਉਨੀ ਮਾਰ ਉੱਧਰ ਹੈ। ਠੀਕ ਹੈ, ਸਾਨੂੰ ਜੇ ਅਸੀਂ ਜਿਵੇਂ ਨੇੜੇ ਲੱਗ ਜਾਂਦੇ ਹਾਂ, ਫੌਜੀ ਖੜੇ ਨੇ ਸਾਡੇ ਨਾਲ, ਜਿਵੇਂ ਉਹ ਮਾਰਦੇ ਨੇ ਸਾਡੇ ਨਿਸ਼ਾਨੇ ਗੋਲੀਆਂ, ਹੁਣ ਕਿੰਨੇ ਬੰਦੇ ਫਕੜ ਕਰਕੇ ਸਾਡੇ, ਉਸ ਰੋਡ ਹੁਣ ਅਸੀਂ ਇਹੀ ਤਜਰਬਾ ਕਰਿਆ ਵੀ ਅਸੀਂ ਖੜ ਕੇ ਸਪੈਦੇ ਦੀ ਓਟ 'ਚ ਅਸੀਂ ਨਾਲ ਦੀ ਨਾਲ ਉਹਨਾਂ ਦੇ ਮਾਰ ਆ ਗਏ ਸੀ, ਛੱਡਦੇ ਹੀ ਸਪੈਦੇ ਦੀ ਓਟ ਲੈਣੀ ਹੈ, ਦੀ ਓਟ ਲੈਣੀ ਹੈ ਨਾਲ। ਸਾਨੂੰ ਇੱਕ ਪਾਸੇ ਉਹਦੇ ਲੜਾਈ 'ਚ ਪੂਰਾ ਲੱਗਿਆ ਸਾਡਾ, ਇੱਕ ਪਾਸੇ ਸਪੈਦਾ ਹੈਗਾ ਉੱਥੇ ਸਾਡੇ ਬਹੁਤ ਜਸਵਾ ਲੱਗਿਆ, ਦੂਏ ਪਾਸੇ ਐਨੀ ਕੀ ਦਰਖਤ ਉੱਥੇ ਸਾਨੂੰ ਥੋੜ੍ਹੀ ਜਿਹੀ ਮਾਰ ਪਈ ਹੈ, ਐਨੀ ਕੀ ਪਈ ਹੈ ਉੱਥੇ ਸਾਡੇ ਕਿਸਾਨ ਥੋੜ੍ਹਾ ਜਿਹਾ ਫਟਕਾ, ਦੂਜੀ ਸਾਈਡ ਜ਼ਿਆਦਾ ਹੋ ਗਏ, ਸਾਡੀ ਸਾਈਡ ਜਿਹੜੀ ਉੱਥੇ ਕੋਈ ਇੰਨਾ ਫਟਕ ਨਹੀਂ। ਚਲੋ, ਜਿੰਨਾ ਚਿਰ ਮੀਟਿੰਗ ਦਾ ਸਿਲਸਿਲਾ ਜਾਰੀ ਹੈ ਉਹਨਾਂ ਚਿਰ ਸ਼ਾਂਤਮਈ ਚੱਲਦੀ ਰਿਹਾ ਜੀ। ਠੀਕ ਹੈ ਜੀ, ਆਹ ਜਿਹੜੇ ਹੈਗੀਆਂ ਚੀਜ਼ਾਂ ਤੁਹਾਨੂੰ ਫਿਰ ਦਿਖਾ ਦਈਏ, ਗਲੇਲਾਂ ਨੇ ਜਿਹੜਾ ਆਮ ਪਿੰਡਾਂ ਦੇ ਵਿੱਚ ਬਣਾਉਂਦੇ ਆ ਹਨਾ, ਜ਼ਿਆਦਾਤਰ ਉਹ ਦਰਖਤ ਨੂੰ ਦਸਾਂਗੇ ਵਾਲਾ ਕੱਟ ਕੇ ਉਹਦੇ ਤੋਂ ਬਣਾਉਂਦੇ ਹੁੰਦੇ ਸੀ, ਹੁਣ ਤਾਂ ਚੱਲ ਆ ਗਈਆਂ ਬਾਜ਼ਾਰਾਂ 'ਚ ਬਣਨ ਲੱਗ ਗਈਆਂ ਚੀਜ਼ਾਂ, ਅਤੇ ਆਹ ਜਿਹੜੀਆਂ ਗੋਲੀਆਂ ਕੋਈ ਬਾਗੜਾਂ ਕਹਿੰਦਾ ਕੋਈ ਬਾਂਟੇ ਕਹਿ ਦਿੰਦਾ, ਇਹ ਖੇਡੀਆਂ ਜਾਂਦੀਆਂ ਆਮ ਪਿੰਡਾਂ ਦੇ ਵਿੱਚ, ਉਹ ਚੀਜ਼ ਨੂੰ ਪਾ ਕੇ ਇਹਦੇ ਨਾਲ ਅਲੱਗ ਇੱਥੇ ਲੱਗ ਜਾਣੀ ਆ, ਅਤੇ ਉਦੋਂ ਬਾਅਦ ਦੇ ਵਿੱਚ ਇਹ ਚਲਾਉਂਦੇ ਜਿਹੜੇ, ਅਤੇ ਇਹ ਨਵੀਂ ਜਿਹੜੀ ਆ ਕਿਸਾਨਾਂ ਨੇ ਕਾਢ ਕੱਢ ਲਈ ਆ, ਜੋ ਕਹਿੰਦੇ ਵੀ ਜੇ ਤੁਹਾਡੇ ਕੋਲ ਬਹੁਤ ਕੁਛ ਹੈਗਾ ਅਤੇ ਵੱਲ ਇੱਧਰ ਵੀ ਬਹੁਤ ਕੁਛ ਹੈਗਾ, ਇਹ ਆਮ ਜੇ ਬੰਦੇ ਨਹੀਂ ਹੈਗੇ ਕਿ ਇਹ ਚੀਜ਼ ਤੋਂ ਸਮਝ ਜਾਣਾ ਚਾਹੀਦਾ।